ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 14ਵਾਂ ਗੁਣਨਖੰਡੀਕਰਨ ਅਭਿਆਸ ਨੰਬਰ 14.1 ਸਵਾਲ ਨੰਬਰ 3 ਅਤੇ 5 ਭਾਗ ਨੇ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਸਾਰੇ ਨੋਟਬੁੱਕ ਲੈ ਕੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਦੇਖੋ ਅਤੇ ਸਮਝੋ ਤੇ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਸਵਾਲ ਦਾ ਸਿਰਲੇਖ ਹੈ ਬੱਚਿਓ ਗੁਣਨਖੰਡ ਬਣਾਓ ਸੋ ਪਹਿਲਾ ਭਾਗ ਹੈ x ਦੀ ਘਾਤ 2 xy 8x 8y ਸੋ ਹੱਲ ਵਾਸਤੇ ਅਸੀਂ ਪਹਿਲਾਂ ਜੋ ਸਵਾਲ ਦਿੱਤਾ ਏਦਾਂ ਰਹਿਦਾ ਜੋ ਵਿਗਨਜਕ ਹੈਗਾ ਏਦਾਂ ਲਿਖ ਲਿਆ ਹੁਣ ਬੱਚਿਓ ਅਸੀਂ ਇਹ ਚ ਦੇਖਣਾ ਹੈ ਕਿ ਪਹਿਲੀ ਨਜ਼ਰੇ ਸਾਨੂੰ ਅਸੀਂ ਦੋ ਦੋ ਦੇ ਹਿੱਸੇ ਬਣਾ ਲਏ ਨੇ ਚਾਰ ਪਦ ਹੈਗੇ ਨੇ ਕਿ ਕਿੱਥੇ ਸਾਨੂੰ ਕੀ ਕੀ ਸਾਂਝਾ ਮਿਲਦਾ ਹੈ ਇੱਥੇ ਹੈ ਦੋਨਾਂ ਵਿੱਚ ਉਹਨੂੰ 8 ਸਾਂਝਾ ਸਾਫ਼ ਨਜ਼ਰ ਆ ਰਿਹਾ ਸੋ ਇਹਨੂੰ ਇੱਧੇ ਰੱਖਾਂਗਾ ਇਹ ਦੋਨਾਂ ਦੇ ਵਿੱਚ ਮੈਨੂੰ x ਸਾਂਝਾ ਮਿਲਦਾ ਪਿਆ ਸੋ ਮੈਨੂੰ ਇੱਥੇ ਹੀ ਰੱਖਾਂਗਾ ਮੈਂ x ਸਾਂਝਾ ਲੈ ਲਿਆ ਤੇ ਬ੍ਰੈਕਟ ਪਾਇਆ ਤੇ x ਦੀ ਘਾਤ 2 ਚੋਂ 1x ਚੱਕ ਲਿਆ ਤੇ ਕੱਲਾ 1x ਬਚ ਗਿਆ ਜੋ ਇੱਥੇ ਲਿਖ ਦਿੱਤਾ xy ਵਿੱਚੋਂ x ਬਾਹਰ ਆ ਗਿਆ ਸਾਂਝਾ ਤੇ ਕੱਲਾ y ਬਚ ਗਿਆ ਠੀਕ ਹੈ ਜੀ ਜਮਾ ਇੱਥੇ 8 ਸਾਂਝਾ ਲੈ ਲਿਆ ਸੋ ਇੱਥੇ ਕੱਲਾ x ਬਚਿਆ ਇੱਥੇ ਜਮਾ 8 ਲੈ ਲਿਆ ਚਮਾ y ਬਚਿਆ ਹੁਣ ਦੇਖੋ ਇਹ ਸਾਡੇ ਇਹ ਜਿਹੜਾ ਸੀ ਦਰੋਧੀ ਇਹ ਰੂਪ ਬਣ ਗਿਆ ਹੁਣ ਇਹ ਦੋ ਪਦ ਬਣ ਗਏ ਇਹ ਚਾਰ ਪਦ ਸੀਗੇ ਦੇਖੋ ਇਹ ਪਹਿਲੇ ਚਾਰ ਪਦ ਸੀ 1 2 3 4 ਹੁਣ ਇਹ ਦੋ ਪਦ ਬਣ ਗਏ ਇੱਕ ਐ ਪਦ ਬਣਿਆ ਤੇ ਜਮਾ ਦਾ ਇੱਕ ਨਿਸ਼ਾਨ ਵਿੱਚ ਤੇ ਇੱਕ ਐ ਪਦ ਬਣਿਆ ਉਹੜਾ ਦੋ ਪਦਾਂ ਦੇ ਵਿੱਚੋਂ x y ਜੋ ਬ੍ਰੈਕਟ ਵਿੱਚ ਹੈਗਾ ਤੇ ਇੱਥੇ ਵੀ x y ਬ੍ਰੈਕਟ ਵਿੱਚ ਹੈਗਾ ਇਹ ਸਾਂਝਾ ਹੈਗਾ ਸੋ ਸੋ ਇਸ ਸਾਂਝੇ ਨੂੰ ਹੁਣ ਬਾਹਰ ਇਦਾਂ ਚੱਕ ਲਿਆ x y ਬਾਹਰ ਆ ਗਿਆ ਜੇ ਮੈਂ ਇਹ ਵਾਲੇ ਪਦ ਵਿੱਚੋਂ xy ਬਾਹਰ ਆਗੇ ਤੇ ਇੱਥੇ ਥੱਲੇ ਕਿੱਲਾ ਕੀ ਬਚਿਆ ਕਿੱਲਾ x ਬਚਿਆ ਜਮਾ ਤੇ ਇੱਥੋਂ ਦੀ ਜਿਹੜੇ x y ਬਾਹਰ ਚੱਕ ਲਿਆ ਤੇ ਕੀ ਬਚਿਆ ਕਿੱਲਾ 8 ਬਚਿਆ ਸੋ x 8 ਸੋ ਦੋ ਪਦਾਂ ਦਾ ਹੁਣ ਇੱਕ ਪਦ ਬਣ ਗਿਆ ਗੁਣਨਖੰਡ ਬਣ ਗਿਆ ਲੇਖੋ x y x 8 ਸੋ ਚਾਰ ਪਦਾਂ ਦੇ ਇਹ ਜਿਹੜਾ ਵਿਅੰਜਕ ਸੀਗਾ ਇਹ ਇੱਕ ਪਦ ਬਣ ਗਿਆ x ਜਮਾ y ਇਹ ਜਿਹੜੇ ਜਮਾ ਦੇ ਨਿਸ਼ਾਨ ਹੈਗੇ ਨੇ ਇਹ ਹੁਣ ਬ੍ਰੈਕਟ ਦੇ ਅੰਦਰ ਨੇ ਇਹ ਪੂਰਾ ਇੱਕ ਪਦ ਦੇ ਇਹਨਾਂ ਦੇ ਵਿੱਚ ਕਿਤੇ ਵੀ ਕੋਈ ਇਹ ਮੁੱਲ ਕੇ ਨੂੰ ਅਸੀਂ ਦੋ ਪਦ ਨਹੀਂ ਕਰ ਸਕਦੇ ਗੁਣਨਖੰਡ ਵਿੱਚ ਇੱਕ ਹੀ ਪਦ ਬਣਦਾ ਹੈ ਸੋ ਇਸ ਤਰ੍ਹਾਂ ਇਸ ਵਿਅੰਜਕ ਦੇ ਗੁਣਨਖੰਡ x ਜਮਾ 8 ਅਤੇ x ਜਮਾ y ਹਨ ਅੱਗੇ ਚਲੀਏ ਭਾਗ ਦੂਜਾ 15xy 6x ਜਮਾ 5y 2 ਹੁਣ ਬੱਚਿਓ ਇਹ ਦੇਖੋ ਇਹ ਜਿਹੜਾ ਹੈ ਨਾ ਹੁਣ ਮੈਨੂੰ ਇਹ ਦੇਖੋ ਇਹ ਦੋਨਾਂ 'ਚ ਮੈਨੂੰ ਕੋਈ ਚੀਜ਼ ਸਾਂਝੀ ਨਹੀਂ ਲੱਗਦੀ ਕੱਲਾ ਐਕਸ ਸਾਂਝਾ ਲੱਗਦਾ ਹੈ ਤੇ ਇੱਥੇ 15 ਔਰ 6 ਆ ਜਾਏਗਾ ਤੇ ਗੱਲ ਕੋਈ ਬਣੇਗੀ ਨਹੀਂ ਇੱਥੇ ਫਿਰ 5 ਔਰ ਇਹ 'ਚ ਕੋਈ ਸਾਂਝਾ ਹੈ ਹੀ ਨਹੀਂ ਸੋ ਜਦੋਂ ਬੱਚਿਓ ਇਦਾਂ ਪਦ ਹੁਣ ਅੱਗੇ ਪਿੱਛੇ ਤੇ ਸਾਨੂੰ ਥੋੜਾ ਜਿਹਾ ਅੱਗੜ-ਪਿਛੜ ਕਰਨਾ ਪੈਂਦਾ ਹੈ ਇਹਨੂੰ ਮੈਂ ਇੱਥੇ ਲਿਜਾ ਸਕਦਾ ਇਹਨੂੰ ਇੱਥੇ ਲਿਜਾ ਸਕਦਾ ਇਹਨੂੰ ਕਹਿੰਦੇ ਆ ਦੁਬਾਰਾ ਸਮੂਹੀਕਰਨ ਕਰਨਾ ਹੁਣ ਇਹ ਸਮੂਹ ਤੇ ਬਣਿਆ ਹੋਇਆ ਹੈ ਤੇ ਸਮੂਹ ਨੂੰ ਮੈਂ ਆਪਣੇ ਹਿਸਾਬ ਨਾਲ ਬਣਾ ਲਾਂਗਾ ਤੇ ਆ ਦੇਖੋ ਦ ਤੇ ਜਿਹੜਾ 5y ਸੀਗਾ ਉਹ ਮੈਂ ਇੱਥੇ ਲੈ ਲੈਂਦਾ ਜਮਾ 5y ਤੇ ਘਟਾ 6x 2 ਇਹ ਕਿਉਂ ਕੀਤਾ ਬੱਚਿਓ ਕਿਉਂਕਿ ਮੈਨੂੰ ਪਤਾ ਹੈ 5 ਔਰ 15 ਦੇ ਵਿੱਚ 5 ਸਾਂਝਾ ਹੈ 5 3 15 5 3 15 ਧਿਆਨ ਰੱਖੋ 3 ਵੀ ਆ ਰਿਹਾ ਹੈ ਤੇ ਇੱਥੇ ਜਿਹੜਾ 2 3 6 ਇੱਥੇ ਵੀ 3 ਆ ਰਿਹਾ ਸੋ ਇਦਾਂ ਤਜਰਬੇ ਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਲੇ ਤੁਸੀਂ ਦੇਖੋਗੇ ਮੈਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਦੇਖੋ 2 3 6 ਤੇ 5 3 15 ਦੋਨੋਂ ਤਿੰਨ ਨਾਲ ਗੁਣਾ ਕਰਨਾ ਪੈ ਰਿਹਾ ਪੰਜ ਨੂੰ ਵੀ ਤਿੰਨ ਨਾਲ ਗੁਣਾ ਕਰਨਾ ਪੈ ਰਿਹਾ ਠੀਕ ਹੈ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਦਾਂ ਇਹਨਾਂ ਨੂੰ ਅਰੇਂਜ ਕਰ ਦਿੱਤਾ ਇਦਾਂ ਇਹਨਾਂ ਦਾ ਸਮੂਹੀਕਰਨ ਕਰ ਦਿੱਤਾ ਹੁਣ ਤੇ ਹੁਣ ਨਾਲੇ ਦੂਜੀ ਗੱਲ ਹੈਗੀ ਹੈ ਕਿ ਮੈਂ ਦੇਖ ਰਿਹਾ ਕਿ ਇਹਨੂੰ ਮੈਂ ਇਹ ਜਿਲੇ ਮੈਂ ਇੱਥੇ ਜਮਾ ਦਾ ਨਿਸ਼ਾਨ ਆ ਰਿਹਾ ਹੈ ਵਿੱਚ ਜਿਲੇ 5 3 15 ਕਰਾਂਗੇ ਤੇ ਜਮਾ ਦਾ ਆਏਗਾ ਪਰ ਇੱਥੇ ਘਟਾ ਆ ਰਿਹਾ ਤੇ ਇਹ ਘਟਾ ਦਾ ਨਿਸ਼ਾਨ ਵੀ ਜਿਹੜਾ ਹੈ ਰਿਣਾਤਮੋ ਚਿੰਨ ਇਹਨੂੰ ਐ ਬਾਹਰ ਸੰਝਾ ਲੈ ਲਿਆ ਸੋ ਉਹਨੂੰ ਮੈਂ ਇਧਰ ਦੇ ਦਿੱਤਾ ਇਦਾਂ ਬ੍ਰੈਕਟ ਇਹ ਇਦਾਂ ਘਟਾ ਦਾ ਨਿਸ਼ਾਨ ਪਾ ਕੇ ਇਹ ਬ੍ਰੈਕਟ ਪਾ ਕੇ 6x 2 ਲਿਖ ਦਿੱਤਾ। ਇਹ ਮਾਈਨਸ ਮਾਈਨਸ ਦੋਨੋਂ ਇੱਥੇ ਵੀ ਮਾਈਨਸ ਹੈਗਾ। ਇੱਥੇ ਵੀ ਰਣਾਤਮਕ ਹੈਗਾ ਤੇ ਰਣਾਤਮਕ ਰਣਾਤਮਕ ਬਾਹਰ ਸਾਂਝੇ ਲੈ ਲਏ ਤੇ ਅੰਦਰ ਫਿਰ ਜਮਾ ਹੋ ਜਾਏਗਾ। ਹੁਣ ਦੇਖੋ ਇੱਥੇ ਵੀ ਜਮਾ ਹੋ ਗਏ, ਇੱਥੇ ਵੀ ਜਮਾ ਹੋ ਗਏ। ਹੁਣ ਦੇਖੋ ਕੀ ਹੋਏਗਾ? ਹੁਣ ਮੈਂ ਦੇਖਿਆ ਕਿ ਇੱਥੇ y ਵੀ ਕਾਮਨ ਹੈ, y ਦੋਨਾਂ 'ਚ ਸਾਂਝਾ ਹੈਗਾ ਤੇ 5 ਸਾਂਝਾ ਹੈਗਾ। ਤੇ 5 ਮੈਂ y ਬਾਹਰ ਲੈ ਲਿਆ। ਸੋ 5 3 15 3 1 y ਚੱਕਿਆ ਤੇ ਕੱਲਾ ਬਚਿਆ x। ਸੋ 3x ਇਹ ਬਚ ਗਿਆ। ਤੇ 5y ਪੂਰੇ ਚੱਕ ਲਿਆ ਜੇ 5y ਪੂਰਾ ਚੱਕ ਲਿਆ ਤੇ ਬੱਚੇ ਉਹ ਕੀ ਬਚਦਾ 1 ਹਮੇਸ਼ਾ ਯਾਦ ਰੱਖਣਾ ਕਿ 5y ਨੂੰ ਮੈਂ 5y 1 ਲਿਖ ਸਕਦਾ ਤੇ 1 ਮਤਲਬ ਕੀ ਇੱਥੇ 1 ਆ ਗਿਆ ਸੋ ਮੈਂ ਲਿਖਿਆ ਨਹੀਂ ਕਿਉਂਕਿ ਉਹ ਤੁਹਾਨੂੰ ਸਮਝ ਆ ਗਈਗੇ ਇਹ ਗੱਲਾਂ ਦਾ ਕਿ ਜਦੋਂ ਪੂਰੇ ਦਾ ਪੂਰਾ ਇਹ ਪਦ ਚੱਕਿਆ ਜਾਵੇ 5y ਪੂਰਾ ਦਾ ਪੂਰਾ ਚੱਕਿਆ ਗਿਆ ਤੇ ਇੱਥੇ ਫਿਰ 1 ਬਚ ਜਾਏਗਾ ਠੀਕ ਹੈ ਇਹ ਗੱਲਾਂ ਅੱਗੇ ਵੀ ਆਉਣਗੇ ਇਦਾਂ ਦੀਆਂ ਸੋ 3x ਜਮਾ 1 ਆ ਗਿਆ ਹੁਣ ਇਹ ਦੋਨਾਂ ਦੇ ਵਿੱਚ 6 ਹੋਰ 2 ਦੇ ਵਿੱਚ ਕੀ ਸਾਂਝਾ ਹੈ 2 ਸਾਂਝਾ ਹੈ ਸੋ 2 ਇਹ ਸਾਂਝਾ ਲੈ ਲਿਆ ਤੇ 2 3 6 3x ਬਚ ਗਿਆ ਤੇ 2 1 2 2 ਪੂਰਾ ਚੱਕਿਆ ਗਿਆ ਤੇ ਇਕੱਲਾ 1 ਰਹਿ ਗਿਆ ਹੁਣ ਦੇਖੋ ਬੱਚਿਓ 3x 1 3x 1 ਦੋਨਾਂ ਸਾਂਝਾ ਆ ਗਿਆ ਨਾ ਸੋ 3x 1 ਮੈਂ ਸਾਂਝਾ ਚੱਕਿਆ ਬਾਹਰ ਇੱਥੇ ਬਾਹਰ ਆ ਗਿਆ ਬ੍ਰੈਕਟ ਪਾਇਆ ਜਿੱਲੇ ਇਸ ਪਦ ਵਿੱਚੋਂ 3x 1 ਪੂਰਾ ਚੱਕਿਆ ਗਿਆ ਤੇ ਇਕੱਲਾ ਕੀ ਬਚ ਗਿਆ 5y ਸੋ 5y ਇੱਥੇ ਲਿਖ ਦਿੱਤਾ ਘਟਾ ਦਾ ਨਿਸ਼ਾਨ ਇਹ ਵਾਲਾ ਆ ਗਿਆ ਇੱਥੋਂ ਦੀ 3x 1 ਜਿਹੜੇ ਚੱਕਿਆ ਗਿਆ ਪੂਰਾ ਤੇ ਕੀ ਬਚਿਆ 2 2 ਸੋ ਇਹ ਬਣ ਗਿਆ ਗੁਣਨਖੰਡ ਸੋ ਇਸ ਤਰ੍ਹਾਂ ਇਹਦੇ ਗੁਣਨਖੰਡ ਹਨ 5y/2 ਅਤੇ 3x+1 ਹੁਣ ਬੱਚੇ ਇਹਨੂੰ ਦੂਜੇ ਤਰੀਕੇ ਨਾਲ ਵੀ ਕਰ ਸਕਦੇ ਆ ਤਾਂ ਕਿ ਤੁਹਾਨੂੰ ਰੱਟੇ ਨਾਲ ਨਾ ਪੜ੍ਹਨਾ ਦੇਖੋ ਦੂਜੀ ਵਿਧੀ ਦੇਖੋ ਹੁਣ ਉਹ ਸੌਰੀ ਦੂਜੀ ਵਿਧੀ ਵਿੱਚ ਆ ਤੀਜੇ ਚੌਥੇ ਭਾਗ ਚ ਗਈਏ ਚੌਥੀ ਦੇ ਚੌਥੇ ਪੰਨੇ ਦੇ ਭਾਗ ਦੇ ਵਿੱਚ ਉਹ ਦੂਜਾ ਭਾਗ ਸੀਗਾ ਅੱਗੇ ਜਾ ਕੇ ਆਏਗੀ ਠੀਕ ਹੈ ਉਸ ਤਰੀਕਾ ਦੇਖੋਗੇ ਕਿ ਜਿਹੜਾ ਸਮੂਹੀਕਰਨ ਹੈ ਉਹਨੂੰ ਇੱਕ ਤੋਂ ਵੱਧ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਉਹ ਪਹਿਲੇ ਵਾਲੇ ਜਿਹੜਾ ਭਾਗ ਅਸੀਂ ਦੋ ਛੱਡ ਕੇ ਗਏ ਆ ਉੱਪਰ ਕੋਈ ਸਮੂਹੀਕਰਨ ਹੋ ਟੰਗਣਾ ਨਹੀਂ ਹੋ ਸਕਦਾ ਪਰ ਹੁਣ ਜਿਹੜਾ ਇਹ ਸਵਾਲ ਕਰਾਂਗੇ ਇਹ ਸਮੂਹੀਕਰਨ ਅਸੀਂ ਦੂਜੇ ਤਰੀਕੇ ਨਾਲ ਵੀ ਕਰਾਂਗੇ ਇਹ ਦੇਖੋ ਹੁਣ ਇਹ ਉਹਦਾ ਦਿੱਤਾ ਐਕਸ ਜਮਾ ਵੀ ਐਕਸ ਕਟਾ ਏ ਵਾਈ ਕਟਾ ਬੀ ਵਾਈ ਇਹਨੂੰ ਹੁਣ ਕੁਝ ਕਰਨ ਦੀ ਲੋੜ ਨਹੀਂ ਕਿਉਂਕਿ ਮੈਂ ਦੇਖ ਰਿਹਾ ਇੱਥੇ ਵੀ ਐਕਸ ਹੈਗਾ ਇੱਥੇ ਵੀ ਐਕਸ ਹੈਗਾ ਇੱਥੇ ਵਾਈ ਹੈਗਾ ਇੱਥੇ ਵਾਈ ਹੈਗਾ ਠੀਕ ਹੈ ਸੋਨਾ ਕੀ ਕੀਤਾ ਐਕਸ ਜਮਾ ਵਾਈ ਨੂੰ ਮੈਂ ਐਕਸ ਜਮਾ ਵਾਈ ਤੇ ਇੱਥੇ ਫਿਰ ਮੈਂ ਕਟਾ ਤੇ ਕਟਾ ਇਹ ਬਾਹਰ ਲੈ ਲਏ ਕਟਾ ਤੇ ਮੈਂ ਬ੍ਰੈਕਟ ਪਾ ਕੇ ਇੱਥੇ ਅੰਦਰ ਜਮਾ ਕਰ ਦਿੱਤਾ ਹੋਰੇ ਮੈਂ ਚੋਂ x ਸਾਂਝਾ ਲਿਆ ਬਾਹਰ ਜਿੱਲੇ x ਸਾਂਝਾ ਬਾਹਰ ਲੈ ਲਿਆ ਤੇ ਇਕੱਲਾ a ਤੇ ਇੱਥੇ b ਬਚੇਗਾ a b ਇੱਥੇ ਘਟਾ ਦਾ ਨਿਸ਼ਾਨ ਪਾਇਆ ਇੱਥੇ ਦੋਨਾਂ ਚ y ਸਾਂਝਾ ਹੈਗਾ ਸੋ y ਬਾਹਰ ਲਿਆ ਤੇ ਫੇਰ ਬਚੇਗਾ a b ਇੱਥੋਂ a ਬਚ ਗਿਆ ਇੱਥੋਂ b ਬਚ ਗਿਆ ਹੁਣ ਦੇਖੋ ਬੱਚਿਓ a b a b ਇਹ ਸਾਂਝਾ ਹੈਗਾ ਸੋ a b ਬਾਹਰ ਲੈ ਲਿਆ ਬ੍ਰੈਕਟ ਪਾਇਆ ਇੱਥੇ ਜਿਹੜੇ a b ਚੱਕਿਆ ਗਿਆ ਤੇ ਕੀ ਬਚ ਗਿਆ ਇਕੱਲਾ x x ਤੇ ਇੱਥੇ ਘਟਾ ਦਾ ਨਿਸ਼ਾਨ ਇੱਥੋਂ a b ਬਾਹਰ ਚੱਕਿਆ ਗਿਆ ਤੇ ਕੀ ਬਚਿਆ y ਸੋ so, x y ਸੋ ਇਹ ਦੋ ਗੁਣਨਖੰਡ ਬਣ ਗਏ x y ਅਤੇ a ਜਮਾ b ਇਹਦੇ ਗੁਣਨਖੰਡ ਹਨ ਆਹ ਦੇਖੋ ਇਹਨੂੰ ਦੂਜੀ ਵਿਧੀ ਨਾਲ ਕਰੀਏ ਮੈਂ ਦੇਖੋ ਦੂਜੀ ਵਿਧੀ ਹੁਣ ਬੱਚਿਓ ਕੀ ਕੀਤਾ ਮੈਂ ਦੁਬਾਰਾ ਸਮੂਹੀਕਰਨ ਕਰਕੇ ਸਾਨੂੰ ਇਹ ਦਿੱਤਾ ਸੀਗਾ ਨਾ ਤੇ ਮੈਂ ਇਹਨੂੰ ਇਸ ਤੰਗ ਨਾਲ ਵੀ ਕਰ ਸਕਦਾ ਹਾਂ ਇਹ ਤਾਂ ਤੁਹਾਨੂੰ ਦੱਸ ਰਿਹਾ ਕਿ ਕਦੀ ਵੀ ਤੁਸੀਂ ਇਹਦੇ ਬਾਰੇ ਘਬਰਾਣਾ ਨਹੀਂ ਤੁਸੀਂ ਕਿਸੇ ਪਾਸੇ ਵੀ ਜਿਹੜੇ ਕਰੋਗੇ ਤੇ ਹੋ ਜਾਏਗਾ ਸੋ ਇਹ ਦੇਖੋ ਇਹ a y ਨੂੰ ਇੱਥੇ ਲੈਂਦਾ ਘਟਾਏ b ਨੂੰ ਘਟਾਏ b ਨੂੰ ਇੱਥੇ ਲੈਂਦਾ ਤੇ ਜਮਾ bx ਇੱਥੇ ਆ ਗਿਆ ਤੇ ਘਟਾ 20 ਹੋਇਆ ਹੁਣ ਦੇਖੋ ਬੱਚਿਓ ਇਹਨਾਂ ਵਿੱਚ ਕੀ ਹੈ ਹੁਣ x ਕਾਮਨ ਨਹੀਂ ਹੈਗਾ ਨਾ a ਕਾਮਨ ਹੈਗਾ a ਸਾਂਝਾ ਹੈਗਾ ਸੋ ਮੈਂ a ਸਾਂਝਾ ਲੈ ਲਿਆ ਤੇ ਇੱਥੇ ਕੀ ਬਚ ਗਿਆ x ਘਟਾ ਇੱਥੇ ਬਚ ਗਿਆ y ਹੁਣ ਜਮਾ ਦਾ ਨਿਸ਼ਾਨ ਇੱਥੇ ਇੱਥੇ b ਸਾਂਝਾ ਹੈਗਾ ਸੋ b ਸਾਂਝਾ ਲੈ ਲਿਆ ਫਿਰ ਬਚ ਗਿਆ x ਤੇ ਘਟਾ y ਹੁਣ ਦੇਖੋ ਹੁਣ x y ਜਿਹੜਾ ਹੈ ਉਹ ਸਾਂਝਾ ਹੈ ਦੋਨੋਂ ਪਧਰਾਂ 'ਚ ਸੋ x y ਬਾਹਰ ਸਾਂਝਾ ਲੈ ਲਿਆ ਜਿਵੇਂ ਇੱਥੋਂ ਦੀ ਚੱਕਿਆ x y ਤੇ ਕੀ ਬਚ ਗਿਆ a ਏ ਲਿਖ ਦਿੱਤਾ ਇਹ ਜਮਾ ਦਾ ਨਿਸ਼ਾਨ ਆ ਗਿਆ ਇੱਥੋਂ x y ਬਾਹਰ ਚੱਕਿਆ ਤੇ ਕੀ ਬਚਿਆ b ਸੋ b ਲਿਖ ਦਿੱਤਾ ਜਵਾਬ ਉਹੀ ਆ ਗਿਆ ਦੇਖੋ ਉੱਥੇ ਕੀ ਸੀਗਾ a b ਪਹਿਲਾਂ ਲਿਖਿਆ ਸੀਗਾ ਤੇ x y ਪਿੱਛੇ ਲਿਖਿਆ ਸੀਗਾ ਉਹਨਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ 2 3 6 ਤੇ 3 2 ਵੀ 6 ਮਤਲਬ ਕਿ ਜਿਹੜਾ ਆਪਣਾ ਗੁਣਨਖੰਡ ਹੈਗਾ ਬੱਚਿਓ ਇਹ ਇਹਦਾ ਕਰਮ ਬਦਲਣ ਦੇ ਨਾਲ ਨਤੀਜਾ ਨਹੀਂ ਬਦਲਦਾ ਠੀਕ ਹੈ ਸੋ ਇਸ ਤਰ੍ਹਾਂ ਇਹ ਵਿਅੰਜਕ ਦੇ ਜਿਹੜੇ ਗੁਣਨਖੰਡ ਹਨ x y ਅਤੇ ਏ ਜਮਾ ਬੀ ਹਨ ਹੁਣ ਦੇਖੋ ਚੌਥਾ ਭਾਗ ਦੇਖੀਏ ਚੌਥਾ ਭਾਗ ਵੀ ਅਸੀਂ ਦੋ ਤਰੀਕਿਆਂ ਨਾਲ ਕਰਾਂਗੇ ਇਹ ਦੇਖੋ ਹੁਣ 15 ਪੀ ਕਿਊ ਜਮਾ 15 ਜਮਾ 9 ਕਿਊ ਜਮਾ 25 ਹੁਣ ਦੇਖੋ ਬੱਚੇ ਮੈਂ ਦੇਖਦਾ ਕਿ 9 ਹੋਰ 25 ਵਿੱਚ ਕੋਈ ਚੀਜ਼ ਸਾਂਝੀ ਨਹੀਂ ਬਣਦੀ ਵੀ ਨਾ ਪੀ ਸਾਂਝਾ ਹੈ ਨਾ ਕਿਊ ਸਾਂਝਾ ਹੈ 9 33 9 55 25 ਕੋਈ ਸਾਂਝੀ ਨਹੀਂ ਹੈਗੀ ਇਹ ਦੋਨਾਂ 'ਚ ਭਾਵੇਂ ਸਾਂਝਾ ਕੁਝ ਹੈ 5 ਸਾਂਝਾ ਹੈਗਾ ਇਹਦੇ ਵਿੱਚ 5 3 15 ਨੇ 15 ਇਹ ਵੀ 15 23 15 ਸਾਂਝਾ ਹੈ ਬਾਕੀ ਹੋਰ ਚੀਜ਼ ਸਾਂਝੀ ਨਹੀਂ ਹੈਗੀ ਜੇ ਮੈਂ ਇਹਨੂੰ ਇੱਦਾਂ ਰੱਖਾਂਗਾ ਤੇ ਮੇਰੇ ਗੁਣਨਖੰਡ ਨਹੀਂ ਬਣਨਗੇ ਤੇ ਫਿਰ ਮੈਂ ਕੀ ਕਰਾਂਗਾ ਦੁਬਾਰਾ ਸਮੂਹੀਕਰਨ ਕਰਕੇ ਤੇ ਮੈਂ ਕੀ ਕੀਤਾ 15 pq ਜਮਾਂ 9 ਜਮਾਂ 9 ਕਿਉ ਲੈਂਦਾ ਕਿਉਂਕਿ ਇਹਦੇ q ਵੀ ਹੈਗਾ ਤੇ ਇੱਥੇ ਵੀ q ਹੈਗਾ ਤੇ ਦੂਜੀ ਗੱਲ ਮੈਂ ਦੇਖੀ ਕਿ ਇਹ 3 3 9 ਤੇ 5 3 15 ਤਿੰਨ ਵੀ ਆ ਰਿਹਾ ਵਿੱਚ ਤੇ ਇੱਥੇ ਕੀ ਇਹ 5 ਵੀ ਹੈਗਾ ਇੱਥੇ ਇੱਥੇ ਵੀ 5 ਹੈਗਾ ਸੋ ਇੱਥੇ ਮਤਲਬ ਕੀ ਮੈਂ ਮੇਨ ਗੱਲ ਹੈ ਕਿ q ਹੈਗਾ ਸੱਚ ਮੇਰੇ ਕੋਲ q ਕਾਮਨ ਹੈਗਾ ਤੇ ਇੱਥੇ ਮੇਰੇ ਕੋਲ 5 ਕਾਮਨ ਹੈਗਾ ਸੋ ਮੈਂ ਕੀ ਕੀਤਾ ਬੱਚੋ ਮੈਨੂੰ 3 ਕਿਊ ਕਾਮਨ ਮਿਲਦਾ ਪਿਆ ਇੱਥੇ 3 3 9 ਇੱਥੇ 5 3 15 ਤੇ ਕਿਊ ਵੀ ਸਾਂਝਾ ਹੈ ਕਿਊ ਵੀ ਸਾਂਝਾ ਹੈ ਸੋ 3 ਕਿਊ ਬਾਹਰ ਲੈ ਲਿਆ 3 ਕਿਊ ਦੇ ਨਾਲ ਚੱਲੇ ਨੂੰ ਭਾਗ ਕੀਤਾ ਕਿਊ ਨਾਲ ਕਿਊ ਕੱਟ ਗਿਆ 3 5 15 ਦੇ ਬਚੇ 5p ਸੋ 5p ਲਿਖ ਦਿੱਤਾ ਜਮਾ ਤੇ ਇਹ ਜਿਹੜਾ 9k ਨੂੰ 3k ਨਾਲ ਭਾਗ ਕੀਤਾ 3 3 9 ਤੇ ਇਕੱਲਾ 3 ਬਚਦਾ ਹੈ ਜੇ 9k ਵਿੱਚੋਂ 3k ਬਾਹਰ ਕੱਢ ਲਵਾਂ ਤੇ ਇਕੱਲਾ 3 ਬਚਦਾ ਇਹ ਲਿਖ ਦਿੱਤਾ ਜਮਾ ਹੁਣ ਇਹ ਦੋਨਾਂ ਦੇ 5 ਹੀ ਸਾਂਝਾ ਹੈ ਸੋ 5 3 15 3 ਤੇ 5 5 25 5p ਠੀਕ ਹੈ ਜੀ ਹੁਣ ਦੇਖੋ 3 ਜਮਾ 5p ਐ ਵੀ 3 ਜਮਾ 5p ਐ 5p ਜਮਾ 3 ਐ ਐ 3 ਜਮਾ 5p ਗੱਲ ਇੱਕੋ ਹੀ ਹੈਗੀ ਐ ਕਿਉਂਕਿ 2 ਜਮਾ 3 5 5ਵਾਂ 3 ਵੀ 500 ਹੈ ਦੋਨਾਂ ਦੇ ਜਿਹੜਾ ਐ ਜੋੜ ਹੈਗਾ ਬੱਚਿਓ ਇਹ ਕਰਮ ਵਟਾਂਦਰਾ ਗੁਣ ਇੱਥੇ ਮਿਲ ਗਈ ਸਹੀ ਹੈਗਾ ਠੀਕ ਹੈ ਸੋ ਕਰਮ ਦੇ ਨਾਲ ਬਦਲਨ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਅਸੀਂ ਕਹਿ ਰਹੇ ਹਾਂ 5p ਜਮਾ 3 ਸਾਂਝਾ ਹੈਗਾ ਇਹਦੇ ਪਦ ਵਿੱਚ ਵੀ ਇਹ ਵਾਲੇ ਪਦ ਵਿੱਚ ਵੀ ਇਹ ਵਾਲੇ ਪਦ ਵਿੱਚ ਹੀ ਸੋ 5p ਜਮਾ 3 ਚਲੇ ਬਚ ਗਿਆ ਬਾਅਦ ਬਰ ਕਮਨ ਲੈ ਲਿਆ ਸੰਜਰੇ ਲੈ ਬ੍ਰੈਕਟ ਪਾਈ ਤੇ ਕੀ ਬਚਿਆ ਇੱਥੇ ਕੱਲਾ 3 ਕੀ ਹੋ ਗਿਆ ਨਹੀਂ ਕਿਉਂ ਲਿਖ ਦਿੱਤਾ ਤੇ ਇੱਥੇ ਕੀ ਬਚਿਆ ਕੱਲਾ 5 ਸੋ 5 ਸੋ ਇਹ ਦੋ ਜਿਹੜੇ ਨੇ ਇਹ ਗੁਣਨਖੰਡ ਬਣ ਗਏ 5p 3 ਅਤੇ 3q 5 ਇਸ ਵਿਅੰਜਕ ਦੇ ਗੁਣਨਖੰਡ ਹਨ ਆਹ ਹੁਣ ਇਸੀ ਨੂੰ ਬੱਚੇ ਦੂਜੇ ਢੰਗ ਨਾਲ ਵੀ ਕਰ ਸਕਦੇ ਆ ਦੇਖੋ ਦੂਜੀ ਵਿਧੀ ਹੁਣ ਮੈਂ ਕੀ ਕੀਤਾ ਉਹਨੇ 25 ਨੂੰ ਇੱਥੇ ਲੈ ਲਿਆ ਪਹਿਲੇ ਮੈਂ 9 ਕਿਉਂ ਹੈ 9 ਕਿਉਂ ਨਹੀਂ ਇੱਥੇ ਲਿਆ ਸੀਗਾ ਹੁਣ ਮੈਂ 25 ਨੂੰ ਇੱਥੇ ਕਰ ਦਿੱਤਾ ਸੋ ਅਸੀਂ ਇਸ ਢੰਗ ਦੇ ਨਾਲ ਵੀ ਕਰ ਸਕਦੇ ਆ ਜਵਾਬ ਸਾਡਾ ਫੇਰ ਵੀ ਉਹੀ ਆਏਗਾ ਤੇ ਮੇਰੀ ਤੁਹਾਨੂੰ ਪ੍ਰੇਰਣਾ ਹੈ ਕਿ ਤੁਸੀਂ ਇਹ ਜਿਹੜੇ ਸਵਾਲ ਵਿੱਚ ਦੋ ਦੋ ਤਰੀਕਿਆਂ ਨਾਲ ਕਰਨਾ ਤੁਸੀਂ ਵੀ ਦੋਨੋਂ ਤਰੀਕਿਆਂ ਦੇ ਨਾਲ ਕਰਿਓ ਇਹਦੇ ਨਾਲ ਤੁਹਾਡੀ ਵਿਸ਼ੇ ਦੇ ਪ੍ਰਤੀ ਜਿਹੜੀ ਸਪਸ਼ਟਤਾ ਹੈ ਉਹ ਬਹੁਤ ਵਧੀਆ ਹੋ ਜਾਏਗੀ ਠੀਕ ਹੈ ਹੁਣ ਦੇਖੋ ਬੱਚੇ ਵਿੱਚ 5 ਸਾਂਝਾ ਹੈ 5 3 15 ਇੱਥੇ 5 5 25 5 ਸਾਂਝਾ ਹੈ ਤੇ p ਵੀ ਸਾਂਝਾ ਹੈ ਸੋ 5p ਬਾਹਰ ਲੈ ਲਿਆ ਠੀਕ ਹੈ ਜਿਹੜੇ p ਚੱਕਿਆ 5 ਚੱਕਿਆ ਤੇ 5 3 15 3 ਬਚ ਗਿਆ ਤੇ 3q 3q ਜਮ ਤੇ 5 5 25 ਤੇ p ਪੀ ਤੇ ਵਾਰ ਲੈ ਲਿਆ 55 ਵਜੇ 25 ਕੱਲਾ 5 ਬਚਿਆ ਜਮਾ 3 3 ਕਮਨ ਹੈ ਕਹਿਣਾ 3 ਸੰਝਾ ਹੈਗਾ ਸੋ 33 ਐ 9 ਤੇ 3 ਕਿਊ ਬਚ ਗਿਆ ਤੇ 3 5 15 5 ਆ ਗਿਆ ਹੁਣ ਦੇਖੋ 3 ਕਿਊ ਜਮਾ 5 3 ਕਿਊ ਜਮਾ 5 ਸੋ 3 ਕਿਊ ਜਮਾ 5 ਜਿਹੜਾ ਹੈ ਇਹ ਪੂਰਾ ਦਾ ਪੂਰਾ ਦੋਨੋਂ ਜਿਹੜੇ ਪਦ ਹੈਗੇ ਨੇ ਬ੍ਰੈਕਟ ਵਾਲੇ ਇਹ ਦੋਨੋਂ ਪਦਾਂ ਚੋਂ ਇੱਥੇ ਸਾਂਝਾ ਲੈ ਲਿਆ ਜਿਲੇ ਇਹ ਚੱਕਿਆ ਗਿਆ ਤੇ ਕੀ ਬਚਿਆ ਕੱਲਾ 5 ਪੀ 5p ਇਹ ਜਮਾ ਦਾ ਨਿਸ਼ਾਨ ਆ ਗਿਆ ਇੱਥੋਂ ਦੇ 3q ਜਮਾ 5 ਇੱਥੇ ਬਾਹਰ ਸਾਂਝਾ ਚੱਕਿਆ ਗਿਆ ਤੇ ਕੀ ਬਚਿਆ 3 ਜਮਾ 3 ਸੋ 3q ਜਮਾ 5 ਅਤੇ 5p ਜਮਾ 3 ਜਿਹੜੇ ਹੈਗੇ ਨੇ ਉਹ ਇਸ ਵਿਅੰਜਕ ਦੇ ਗੁਣਨਖੰਡ ਹਨ ਠੀਕ ਹੈ ਹੁਣ ਆਖਰੀ ਭਾਗ ਦੇਖੀਏ ਇਹ ਭਾਗ ਵੀ ਅਸੀਂ ਦੋ ਵਿਧੀਆਂ ਨਾਲ ਕਰਾਂਗੇ ਸੋ ਸਾਨੂੰ ਬਚਿਓ ਆ ਦਿੱਤਾ ਹੈ z/7 7xy/xyz ਮੰਨਾ ਕਿ ਕਿਤਾਬ ਚੋ z/7 ਵਿੱਚ ਤਾਂ ਕੁਝ ਹੈ ਹੀ ਨਹੀਂ ਕਾਮਨ ਸੋ ਮੈਂ ਇਹਨੂੰ ਪੂਰਾ ਦਾ ਪੂਰਾ ਹੀ ਦੀ ਲਿਖ ਲਿਆ ਬ੍ਰੈਕਟ ਪਾ ਤਾ ਤੇ ਮੈਂ ਇੱਥੇ ਇਹਨੂੰ ਦੇਖ ਕੇ ਹੀ ਪਤਾ ਲੱਗਦਾ ਹੈ z/7 ਇੱਥੇ xy xy ਵੀ ਜੇ ਲੈ ਬਾਹਰ ਲਵਾਗਾ ਤੇ ਇਹ ਵੀ ਆ ਜਾਏਗਾ z/7 ਇਹ ਦੇਖੋ ਜਮਾ xy 7/z ਹੁਣ ਬੱਚਾ ਦੇਖੋ ਇਹ ਸਵਾਲ ਵੀ ਵੱਖਰੀ ਕਿਸਮ ਦਾ ਹੈ ਇਹ ਗਲਤੀ ਹੋ ਸਕਦੀ ਹੈ ਇਹ ਦੇਖੋ ਇਹ ਹੈਗਾ z/7 ਤੇ ਹੈਗਾ 7 7/z ਦੋਨਾਂ ਦਾ ਫਰਕ ਹੈ ਇਹ ਜਿਹੜਾ 7 ਹੈਗਾ Z ਵਿੱਚੋਂ ਘਟਦਾ ਪਿਆ ਤੇ ਇੱਥੇ Z ਜਿਹੜਾ ਹੈ ਉਹ 7 ਵਿੱਚੋਂ ਘਟਦਾ ਪਿਆ ਸੋ ਤੁਸੀਂ ਇਹਨੂੰ ਤੇ ਇਹਨੂੰ ਸਾਂਝਾ ਨਹੀਂ ਲੈ ਸਕਦੇ ਇਹਦਾ ਮਤਲਬ ਇਹ ਹੋਇਆ ਕਿ ਮੈਂ ਜਿਹੜਾ ਇਹ 7 Z ਹੈਗਾ ਇਹਨੂੰ ਮੈਂ Z 7 ਬਣਾਉਣਾ ਹੈ ਜਦੋਂ ਬੱਚੇ ਇਦਾਂ ਹੋਵੇ ਅੰਦਰ ਆਪਣਾ ਘਟਾ ਦਾ ਚਿੰਨ ਹੋਵੇ ਤੇ ਇੱਥੇ ਜਮਾ ਦਾ ਚਿੰਨ ਹੋਵੇ ਤੇ ਫਿਰ ਕੀ ਕਰੀਦਾ ਹੈ ਇਹ 7 Z ਨੂੰ Z 7 ਕਰ ਦੋ ਤੇ ਇਹ ਜਮਾ ਨੂੰ ਕਟਾ ਕਰ ਦੋ ਇਹ ਦੇਖੋ ਜੋ ਮੈਂ ਇੱਥੇ ਕੀਤਾ ਹੈ z/7 ਇਧਰ ਇਹ ਦਈਏ ਇੱਥੇ ਜਮਾ ਦਾ ਮੈਂ ਕੀ ਕਰ ਦਿੱਤਾ ਕਟਾ ਕਰ ਦਿੱਤਾ xy ਨੂੰ xy ਉਧੇ ਲਿਖਿਆ ਤੇ ਅੰਦਰ ਬ੍ਰੈਕਟ ਦੇ ਵਿੱਚ ਜਿਹੜਾ 7/z ਸੀਗਾ ਉਹਨੂੰ ਮੈਂ ਕਰਤਾ z/7 ਇਸ ਇਹ ਪੜਾ ਜਿਹੜਾ ਸਟੈਪ ਵਰਚੋਂ ਲਿਆ ਮੈਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਇਹਦਾ ਅਭਿਆਸ ਕਰ ਲੈਣਾ ਹੈ ਅਸਲ ਵਿੱਚ ਮੈਂ ਕੀ ਕਰ ਰਿਹਾ ਇਹ ਜਿਹੜਾ ਨੈਗੇਟਿਵ ਚਿੰਨ ਹੈਗਾ ਇਹਨੂੰ ਮੈਂ ਬਾਹਰ ਕੱਢਿਆ ਤੇ ਜਿਹੜੇ ਬਾਹਰ ਕੱਢਿਆ ਇਹ ਕੀ ਹੋ ਗਿਆ ਜ਼ੈਡ ਪੋਜ਼ਿਟਿਵ ਹੋ ਗਿਆ 7 네ਗੇਟਿਵ ਹੋ ਗਿਆ ਤੇ ਇੱਥੇ ਇਹ 네ਗੇਟਿਵ ਹੋ ਗਿਆ ਸੋ ਤੁਸੀਂ ਇਹ ਯਾਦ ਰੱਖਣਾ ਹੈ ਇੱਥੇ ਜਮਾ ਦਾ ਨਿਸ਼ਾਨ ਘਟਾ ਬਣ ਜਾਏਗਾ ਤੇ ਅੰਦਰ ਜਿਹੜਾ ਹੈਗਾ ਇਹਦਾ ਕਰਮ ਜਿਹੜਾ ਹੈ ਉਹ ਬਦਲ ਜਾਏਗਾ 7 ਜ਼ੈਡ ਦਾ ਉਸ ਜ਼ੈਡ 7 ਬਣ ਜਾਏਗਾ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੁਣ ਦੇਖੋ ਬੱਚਿਓ ਇਹ ਜ਼ੈਡ 7 ਤੇ ਜ਼ੈਡ 7 ਇਹ ਸਾਂਝਾ ਹੋ ਗਿਆ ਤੇ ਮੈਂ ਇਹਨੂੰ ਬਾਹਰ ਚੱਕ ਲਿਆ ਜ਼ੈਡ 7 ਨੂੰ ਹੁਣ ਜਦੋਂ ਬੱਚਿਓ ਇੱਥੋਂ ਪੂਰਾ ਦਾ ਪੂਰਾ ਚੱਕਿਆ ਜਾਵੇ ਤੇ ਫੇਕ ਹੀ ਬਚਦਾ ਫਿਰ ਇੱਕ ਬਚਦਾ ਹੈ ਸੋ ਮੈਂ ਥੇਕ ਲਿਖ ਦਿੱਤਾ ਇਹ ਘਟਾ ਦਾ ਨਿਸ਼ਾਨਾ ਆ ਗਿਆ ਇੱਥੋਂ ਦੀ z/7 ਚੱਕਿਆ ਗਿਆ ਤੇ ਕੀ ਬਚਿਆ ਇਕੱਲਾ xy xy ਸੋ ਇਹ ਮੇਰੇ ਬਣ ਗਏ ਗੁਣਨਖੰਡ 107 z/7 ਅਤੇ 1/xy ਇਹ ਦੋਨੋਂ ਇਸ ਵਿਅੰਜਕ ਦੇ ਗੁਣਨਖੰਡ ਹਨ ਆਹ ਬੱਚਿਓ ਦੇਖਿਓ ਹੁਣ ਇਸੇ ਸਵਾਲ ਨੂੰ ਅਸੀਂ ਦੂਜੇ ਤਰੀਕੇ ਨਾਲ ਕਿੱਦਾਂ ਕਰਦੇ ਆ ਦੁਬਾਰਾ ਸਮੂਹੀਕਰਨ ਕਰਕੇ ਇਹ ਦੇਖੋ ਹੁਣ ਮੈਂ ਕੀ ਕੀਤਾ ਦੁਬਾਰਾ ਸਮੂਹੀਕਰਨ ਕਰਤਾ ਮੈਂ ਕੀ ਕੀਤਾ ਇਹ ਇਹਨੂੰ ਮੈਂ ਇਦਾਂ ਲਿਖ ਦਿੱਤਾ Z/XYZ ਇਹ ਜਿਹੜਾ ਸੀਗਾ ਨਾ /XYZ ਮੈਂ ਇੱਥੇ ਲੈ ਲੈਂਦਾ ਫਿਰ /Z ਤੇ ਜਮਾ 7XY ਲਿਖ ਲਿਆ ਕਿਉਂਕਿ ਇਹ 7 ਨਾਲ 7 ਸਾਂਝਾ ਹੈਗਾ ਇੱਥੇ ਮੈਂ ਦੇਖ ਰਿਹਾ ਇੱਥੇ Z ਸਾਂਝਾ ਹੈ ਸੋ ਮੈਂ Z ਜਿਲੇ ਬਾਹਰ ਚੱਕਿਆ ਇਹ ਬ੍ਰੈਕਟ ਪਾਇਆ Z ਪੂਰਾ ਦਾ ਪੂਰਾ ਚੱਕਿਆ ਗਿਆ ਤੇ ਜਦੋਂ ਪੂਰੀ ਦੀ ਪੂਰੀ ਚੀਜ਼ ਚੱਕੀ ਜਾਏ ਫੇਕ ਹੀ ਰਹਿ ਜਾਂਦਾ 1 ਫੇਕ ਨਾਲ 1 ਰਹਿ ਗਿਆ ਥੱਲੇ ਇੱਥੇ ਥੱਲੇ ਇਹ ਮੜੀ ਦੀ ਥਾਂ ਇਕ ਆ ਗਿਆ /H ਉਹ Z ਚੱਕਿਆ ਗਿਆ ਤੇ ਕੀ ਬਚਿਆ XY X ਹੁਣ ਹੁਣ ਕਟਾ 7 ਜਦੋਂ ਕਟਾ 7 ਨੂੰ ਬਾਹਰ ਲਵਾਵਾਂਗਾ ਤੇ ਬ੍ਰੈਕਟ ਪਾਵਾਂਗਾ ਜਦੋਂ ਕਟਾ 7 ਦਾ ਬਾਹਰ ਲਿਆ ਜਾਏ ਤੇ ਬੱਚੇ ਉਹ ਜਮਾ ਦਾ ਨਿਸ਼ਾਨ ਅੰਦਰ ਜਾ ਕੇ ਘਟਾ ਹੋ ਜਾਂਦਾ ਕਿਉਂ ਇਹ ਦੇਖੋ ਕਟਾ 7 1 ਕਟਾ 7 ਤੇ ਜਿਹਨੇ ਕਟਾ ਤੇ ਕਟਾ ਜਮਾ ਹੋਣਗੇ ਫਿਰ ਜਮਾ ਆ ਜਾਏਗਾ ਇਹ ਦੇਖਣ ਲਈ ਤੁਸੀਂ ਇੱਥੋਂ ਦੀ ਮੈਂ ਇੱਥੋਂ ਲੈ ਕੇ ਆ ਰਿਹਾ ਤੇ ਤੁਸੀਂ ਦਿਮਾਗ ਸੋਚੋ ਜਿਵੇਂ ਇੱਥੋਂ ਦੀ ਬ੍ਰੈਕਟ ਖੋਲਣਾ ਹੋਵੇ ਤੇ ਮੈਨੂੰ ਇਹ ਰੂਪ ਮਿਲਣਾ ਚਾਹੀਦਾ ਜਦੋਂ ਮੈਂ ਬ੍ਰੈਕਟ ਖੋਲਾਂਗਾ ਕਟਾ 7 1 ਕਟਾ 7 ਐ ਆ ਜਾਏਗਾ ਪਰ ਜਿੱਲੇ ਕਟਾ 7 xy ਕਰਾਂਗੇ ਤੇ ਜਮਾ ਬਣਦਾ ਸੋ ਮੈਂ ਕੀ ਕਰ ਰਿਹਾ ਮੈਂ ਕਟਾ 7 ਜਿਹੜਾ ਹੈ ਮੈਂ ਕੱਲਾ 7 ਕਾਮਨ ਨਹੀਂ ਲੈ ਰਿਹਾ ਮੈਂ ਕੱਲਾ 7 ਸਾਂਝਾ ਨਹੀਂ ਲੈ ਰਿਹਾ ਮੈਂ ਕਟਾ 7 ਸਾਂਝਾ ਲੈ ਰਿਹਾ ਕਟਾ 7 ਕਟਾ 7 ਸਾਂਝਾ ਲਿਆਣ ਕਰਕੇ ਮੈਨੂੰ ਇਹ ਜਮਾ ਨੂੰ ਇੱਥੇ ਕਟਾ ਕਰਨਾ ਪਏਗਾ ਤਾਂ ਕਿ ਜਿੱਲੇ ਮੈਂ ਬ੍ਰੈਕਟ ਖੋਲਾਂ ਕਟਾ ਕਟਾ ਜੁੜ ਗੁਣਾ ਹੋ ਕੇ ਜਮਾ ਹੋ ਜਾਏਗਾ ਸੋ ਇਹ ਬਣ ਗਿਆ ਬੱਚੇ ਬ੍ਰੈਕਟ ਇੱਥੇ ਘਟਾ 7 ਪੂਰਾ ਚੱਕਿਆ ਗਿਆ 1 ਬਚ ਗਿਆ ਇੱਥੋਂ ਜਮਾ 7 ਚੱਕਿਆ ਗਿਆ ਤੇ ਹੁਣ ਘਟਾ ਹੈ ਤੇ ਘਟਾ xy ਬਚ ਗਿਆ ਹੁਣ ਦੇਖੋ 1/xy 1/xy ਇਹ ਆ ਗਿਆ ਕਾਮਨ ਇਹ ਆ ਗਿਆ ਸਾਂਝਾ ਸੋ ਮੈਂ 1/xy ਨੂੰ ਸਾਂਝਾ ਬਾਹਰ ਚੱਕਿਆ ਤੇ ਇੱਥੇ ਵਿੱਚੋਂ ਕੀ ਬਚ ਗਿਆ z z ਤੇ ਇੱਥੋਂ ਦੀ ਪੂਰਾ ਚੱਕਿਆ 1/xy ਕੀ ਬਚਿਆ 7 ਸੋ 7 ਬਚੀ ਉਹੀ ਜਵਾਬ ਆ ਗਿਆ ਉੱਥੇ ਕੀ ਸੀਗਾ z/7 ਪਹਿਲਾਂ ਸੀਗਾ ਤੇ 1/xy ਬਾਅਦ ਚੋ ਸਿਵਾ ਪਰ ਦੋਨੋਂ ਗੁਣਾ ਹੋ ਰਹੇ ਨੇ ਜਿਵੇਂ ਤੁਹਾਨੂੰ ਪਹਿਲੇ ਦੱਸਿਆ 7 6 42 ਤੇ 6 7 42 ਸੋ ਗੁਣਾ ਕਰਨ ਦਾ ਅੱਗੇ ਪਿੱਛੇ ਕਰਨਾ ਕੋਈ ਫਰਕ ਨਹੀਂ ਪੈਂਦਾ ਸੋ 1/xy ਤੇ z/7 ਇਹ ਦੋਨੋਂ ਇਸ ਵਿਜਕ ਦੇ ਗੁਣਨਖੰਡ ਹਨ ਬੱਚਿਓ ਇਹ ਬੜਾ ਹੀ ਮਹੱਤਵਪੂਰਨ ਐਵੜੀ ਸਵਾਲ ਸੀਗਾ ਤੀਜਾ ਵੱਖਰੇ ਕਿਸਮ ਦਾ ਇਹ ਹੁਣ ਅੱਗੇ ਅੱਗੇ ਐਡਵਾਂਸ ਹੋਈ ਜਾਏਗਾ ਤੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਕਿਉਂਕਿ ਜਿਹੜੀ ਹੁਣ ਅਗਲੀ ਇਸ ਤੋਂ ਬਾਅਦ ਅਭਿਆਸ ਸ਼ੁਰੂ ਹੋਏਗਾ 14.2 ਜਿਹੜਾ ਹੋਏਗਾ ਉਹਦੇ ਵਿੱਚ ਇਦਾਂ ਹੋਰ ਫੇ ਅੱਗੇ ਜਿਹੜੀ ਮਨ ਲਕੀ ਉਹਦੀ ਡਿਫਿਕਲਟੀ ਲੈਵਲ ਹੈਗਾ ਉਹ ਹੋ ਗਿਆ ਕਿ ਵੱਧ ਆ ਜਾਏਗਾ ਤੇ ਤੁਸੀਂ ਇਸ ਨੂੰ ਤੀਜੇ ਸਵਾਲ ਦੇ ਸਾਰੇ ਭਾਗਾਂ ਨੂੰ ਜਿਹੜੀ ਦੋ ਦੋ ਵਿਧੀ ਨੇ ਕੀਤੀਆਂ ਇਹ ਸਾਰਿਆਂ ਦਾ ਤੁਸੀਂ ਚੰਗੀ ਤਰ੍ਹਾਂ ਅਭਿਆਸ ਕਰ ਲੈਣਾ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਸਵਾਲ ਨੰਬਰ 3 ਤੇ ਮੇਰੇ ਖਿਆਲ ਇਹਦੇ ਨਾਲ ਤੁਹਾਡੀ ਅਭਿਆਸ ਨੰਬਰ 14.1 ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲੀਨ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ